दोस्तों सब तो पहला प्यार भरी सत श्री अकाल, मैं तुहाडा वीर तेजा तलवंडी। अज तुहाडी मुलाकात करा रहे हैं बाई सिंधा सबद्दी वाले नाल। पंजाबी लोक गायक हिट गायक जोड़ी अमर सिंह चमकीला बीबा अमरजोत, उन्हां दीआं लंघे वक्त दीआं यादां अज तुहाडे नाल सांझीआं करदे आं। आओ मिलदे आं। होर बाई जी की हाल चाल आ? ठीक ठाक जी, तुसीं दस्सो। अच्छा बाई जी, अपना पिंड ते आलणा कित्थे आ? पिंड जी मेरा सबद्दी कलां। अच्छा जी, ज़िला लुधियाना तहसील जरावां। फैमिली बारे भी जानकारी दे दिओ। फैमिली जी असीं दो असीं दो साढ़े मेरे बच्चे आ। हाँ जी, चार जने असी। बाई जी शौक किहड़े किहड़े पालिया बाई ने? शौक बाई जी सब तो वड्डा शौक तो यही है भी गाउण वजाउण दा। हाँ। कलाकारी दा शौक आ। बाकी किते वजों बच्चे पालण दी खातर रुजगार नौकरी करदे आ, इक प्राइवेट कॉलेज विच। ते गाउण दा बहुत ज़्यादा शौक आ। अच्छा किहड़े किहड़े कलाकार आपां नूं पसंद ने बाई ने? कलाकार तां देखो जी होर भी बहुत सुणे आ आपां, ते सब तो वध प्यारे सब तो फैन जिन्हां नूं अमर सिंह चमकीला ते बीबी अमरजोत इन्हां दा मैं फैन आ जी। इन्हां दे गीत मैनूं सब तो प्यारे लगे आ और इन्हां दे गीतां तों मैनूं गाउण दा चस्का पिया। सब तो पहलां जदों इन्हां ने इन्हां दी मैं स्टेज देखी सी। ਬਾਈ ਚਮਕੀਲੇ ਦੀ ਤੁਸੀਂ ਗੱਲ ਕੀਤੀ ਆ? ਹਾਂਜੀ, ਪੰਜਾਬੀ ਗਾਇਕੀ ਦੇ ਵਿੱਚ ਬੜਾ ਵੱਡਾ ਥੰਮ ਆ। ਹਾਂਜੀ ਬਿਲਕੁਲ ਥੰਮ ਆ ਜੀ। ਉਹਨਾਂ ਨੂੰ ਕਿਤੇ ਲਾਈਵ ਹਾਂਜੀ ਮਿਲੇ ਹੋ? ਹਾਂਜੀ ਮਿਲੇ ਹਾਂ। ਅੱਛਾ ਜੀ। ਹਾਂਜੀ, ਤੁਹਾਡੀ ਕਿੰਨੇ ਸਾਲ ਦੀ ਉਮਰ ਸੀ ਜਦੋਂ ਮਿਲੇ ਹੋ? ਮੈਂ ਉਸ ਟਾਈਮ ਮੇਰੀ ਜੀ 14 ਸਾਲ ਦੀ ਉਮਰ ਸੀ ਜਦੋਂ ਮੈਂ ਮਿਲਿਆ ਚਮਕੀਲਾ ਜੀ। ਅੱਛਾ, ਕਿੱਦਾਂ ਦਾ ਇਨਸਾਨ ਸੀ ਬਾਈ? ਬਹੁਤ ਵਧੀਆ ਇਨਸਾਨ ਸੀ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜੀ। ਅੱਛਾ, ਜਦੋਂ ਮੈਂ ਉਹਨਾਂ ਨੂੰ ਮਿਲਿਆ ਨਾ, ਹਾਂਜੀ, ਉਹਨਾਂ ਨੇ ਕਾਲੀ ਪੈਂਟ ਡੱਬੀਆਂ ਵਾਲੀ ਕਮੀਜ਼ ਪਾਈ ਹੋਈ ਸੀ। ਠੀਕ ਹੈ। ਤੇ ਮੈਂ ਅੱਧਾ ਪੌਣਾ ਘੰਟਾ ਬਾਹਰ ਖੜਾ ਨੇ, ਅੰਦਰ ਬੈਠੇ ਸੀ। ਅੱਛਾ ਜੀ। ਅਤੇ ਉੱਧਰ ਮੈਂ ਡਰਦਾ ਡਰ ਮਿਲਿਆ, ਮੈਨੂੰ ਕਹਿੰਦੇ ਆ ਵੀ ਕਾਕਾ। ਅੱਛਾ ਜੀ, ਕਿਵੇਂ ਆਇਆ, ਕਿੱਥੋਂ ਆਇਆ? ਮੈਂ ਉਹਨਾਂ ਨੂੰ ਸਾਰਾ ਦੱਸਿਆ ਜੀ, ਮੈਂ ਆਇਆ ਕਰਕੇ ਜਲੰਧਰ ਤੋਂ ਆਇਆ, ਪਿੰਡ ਮੇਰਾ ਸਬੱਦੀ ਕਲਾ ਜੀ, ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਨੂੰ ਸ਼ੌਕ ਆ ਗਾਉਣ ਦਾ ਆਇਆ ਕਰਕੇ। ਅਤੇ ਮੈਨੂੰ ਕਹਿੰਦੇ ਵੀ ਕਾਕਾ ਦੇਖ ਤੇਰੀ ਉਮਰ ਬਹੁਤ ਥੋੜ੍ਹੀ ਆ, ਮੈਂ ਤੈਨੂੰ ਗਲਤ ਰਾਹ ਨਹੀਂ ਪਾਉਣਾ, ਸ਼ੌਕ ਜ਼ਰੂਰ ਰੱਖ, ਗਾ ਆ ਜਾ, ਅਤੇ ਪਹਿਲਾਂ ਮੈਟ੍ਰਿਕ ਪਾਸ ਕਰ, ਫਿਰ ਤੂੰ ਮੇਰੇ ਕੋਲ ਆਈ, ਤੇਰੇ ਨਾਲ ਮੇਰਾ ਵਾਅਦਾ ਰਿਹਾ। ਮਤਲਬ ਤੁਹਾਨੂੰ ਚਾਹ ਪਾਣੀ ਮੈਨੂੰ ਪਿਲਾਈ, ਅੱਧਾ ਪੌਣਾ ਘੰਟਾ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਫਿਰ ਆਪਣੇ ਬੰਦਿਆਂ ਨੂੰ ਵੀ ਕਿਹਾ ਵੀ ਇਹ ਮੁੰਡਾ ਜਦੋਂ ਵੀ ਆਉਂਦਾ ਜਾਂਦਾ ਇਹਦਾ ਫੁੱਲ ਮਾਣ ਤਾਣ ਕਰਨਾ, ਵੀ ਦਫ਼ਤਰ ਵਿੱਚ ਆਇਆ ਕਰੂੰ, ਅਤੇ ਤੂੰ ਕੋਈ ਗੱਲ ਨਹੀਂ ਕਾਕਾ ਰੱਖ ਗਾਉਣ ਵਜਾਉਣ, ਪਰ ਮੈਟ੍ਰਿਕ ਪਾਸ ਕਰ, ਹਜੇ ਤੇਰੀ ਉਮਰ ਨਿਆਣੀ ਆ। ਚੰਗੀ ਸਿਹਤ ਦੇ ਕੇ ਤੁਹਾਨੂੰ ਬਹੁਤ ਵਧੀਆ ਜੀ, ਬੜਾ ਮਾਣ ਕੀਤਾ। ਮੈਂ ਕਹਿੰਦਾ ਇੰਨਾ ਮੈਨੂੰ ਇਉਂ ਲੱਗਿਆ ਵੀ ਪਤਾ ਨਹੀਂ ਅੱਗੇ ਮੈਂ ਕਿੰਨੀ ਕੁ ਵਾਰੀ ਇਹਨਾਂ ਨੂੰ ਮਿਲਿਆ ਵਾਂ। ਪਹਿਲੀ ਮੁਲਾਕਾਤ ਸੀ, ਇੰਨਾ ਉਹਨਾਂ ਨੇ ਮੈਨੂੰ ਪਿਆਰ ਦਿੱਤਾ, ਇੰਨੀ ਉਹਨਾਂ ਦੀ ਨਿੱਘਾ ਸੁਭਾਅ, ਇੰਨੀ ਉਹਨਾਂ ਵਿੱਚ ਨਿਮਰਤਾ, ਭੂਰਾ ਦੇ ਵਿੱਚ ਉਹਨਾਂ ਦੇ ਵਿੱਚ ਹੋਮਾ ਨਹੀਂ, ਭੂਰਾ ਉਹਨਾਂ ਦੀ ਆਵਾਜ਼ ਵਿੱਚ ਕੜੱਤਣ ਨਹੀਂ, ਇੰਨੀ ਪਿਆਰੀ ਬੋਲੀ, ਅਤੇ ਇੰਨੀਆਂ ਸੋਹਣੀਆਂ ਗੱਲਾਂ ਬਾਤਾਂ ਕਹਿ ਕੇ ਮੈਨੂੰ ਸਮਝਾ ਕੇ ਤੋਰਿਆ। ਕਹਿੰਦੇ ਉਹ ਆਇਆ ਜਾਇਆ ਕਰ ਵੀ ਕਾਕਾ, ਕੋਈ ਗੱਲ ਨਹੀਂ, ਪਰ ਪੜ੍ਹਾਈ ਪਹਿਲਾਂ 3 ਸਾਲ ਤੇਰੇ ਰਹਿ ਗਏ, ਮੈਂ ਉਦੋਂ 7ਵੀਂ 'ਚ ਪੜ੍ਹਦਾ ਸੀ। ਪੜ੍ਹਾਈ ਪਹਿਲਾਂ ਗਾਇਕੀ ਬਾਅਦ 'ਚ? ਗਾਇਕੀ ਬਾਅਦ, ਪਹਿਲਾਂ ਮੈਟਰ ਕਰ, ਬਹੁਤ ਵਧੀਆ ਕੀਤਾ। ਉਹ ਕਹਿੰਦੇ ਵੀ ਦੇਖੋ ਪੜ੍ਹਾਈ ਜ਼ਰੂਰੀ ਆ ਕਲਾਕਾਰ, ਹੈ ਵੀ ਜ਼ਰੂਰੀ ਆ। ਉਹਨਾਂ ਨੇ ਫਿਰ ਇਹ ਵੀ ਸੋਚਿਆ ਨਾ, ਉਹ ਕਹਿੰਦੇ ਵੀ ਦੇਖੋ ਸਾਡਾ ਕੰਮ ਹਾਲਾਤ ਮਾੜੇ ਆ, ਬੰਦ ਹੋ ਜਾਵੇ, ਕੱਲ੍ਹ ਨੂੰ ਕੋਈ ਹੋਰ ਤੂੰ ਆਪਣਾ ਰੁਜ਼ਗਾਰ ਨੌਕਰੀ ਕਰਕੇ ਕੋਈ ਆਪਦੀ ਰੋਟੀ ਦਾ ਪਾਲ ਸਕੇਗਾ। ਇਸ ਕਰਕੇ ਉਹਨਾਂ ਨੇ ਮੈਨੂੰ ਜੀ ਮੈਟ੍ਰਿਕ ਪਾਸ, ਉਹਨਾਂ ਦੇ ਵਚਨਾਂ ਦੇ ਨਾਲ ਮੈਂ ਮੈਟ੍ਰਿਕ ਕੀਤੀ ਹੈ। ਅੱਛਾ, ਉਹਨਾਂ ਦੇ ਲਾਈਵ ਅਖਾੜੇ? ਹਾਂਜੀ ਦੇਖੇ। ਹਾਂਜੀ ਦੇਖੇ। ਕਿੰਨੇ ਦੇਖੇ? ਮੈਂ ਜੀ ਉਹਨਾਂ ਦੇ 5 ਅਖਾੜੇ ਦੇਖੇ। ਕਾਫੀ ਖੜੇ ਦੇਖੇ? ਹਾਂਜੀ 5 ਖੜੇ। ਅੱਛਾ, ਘਰੋਂ ਭੱਜ ਕੇ ਦੇਖੇ ਜਾਂ ਪਿਆਰ ਨਾਲ ਹੀ ਦੇਖ ਲਏ? ਨਹੀਂ ਜੀ, ਉਹ ਆਪਣੇ ਜਿਹੜੇ ਜਲੰਧਰ ਵਾਲੇ ਉਹ ਮੈਂ ਘਰੋਂ ਭੱਜ ਕੇ ਦੇਖਿਆ। ਮੇਰਾ ਬ੍ਰਦਰ ਸੀ ਜਿਹੜਾ ਵੱਡਾ, ਉਹ ਬਹੁਤ ਧਰਮ ਖਿਆਲਾਂ ਦਾ ਸੀ, ਉਹਨੂੰ ਮੈਂ ਦੱਸਿਆ ਹੀ ਨਹੀਂ ਵੀ ਅੱਜ ਚਮਕੀਲਾ ਸਾਹਿਬ ਆ ਰਿਹਾ। ਜਲੰਧਰ ਦੇ ਕੋਲ ਹੀ ਪਿੰਡ ਹੈ ਇੱਕ ਕੋਟ ਸਦੀਕ। ਅੱਛਾ ਜੀ। ਉੱਥੇ ਮੈਂ ਉਹਨਾਂ ਨੇ 2 ਖੜੇ ਦੇਖੇ ਆ, ਅਤੇ 3 ਖੜੇ ਮੈਂ ਆਪਦੇ ਪਿੰਡ ਸਬੱਦੀ ਕੋਟ ਸਦੀਕ। ਜਿਹੜੇ ਕੋਟ ਸਦੀਕ ਅਖਾੜੇ ਉਹੀ ਪਿੰਡ ਲੱਗੇ ਕਿ ਅਲੱਗ ਅਲੱਗ? ਨਹੀਂ ਜੀ, ਅੱਛਾ ਜਿਹੜੇ ਕੋਟ ਸਦੀਕ ਅਖਾੜੇ ਲੱਗੇ ਉਹ ਬੀਬੀ ਅਮਰਜੋਤ ਜੀ ਦੇ ਨਾਲ ਸੀ। ਅੱਛਾ ਜੀ। ਜਿਹੜੇ ਸਾਡੇ ਪਿੰਡ ਲੱਗੇ ਅਖਾੜੇ ਉਹ ਬੀਬੀ ਸੁਰਿੰਦਰ ਸੋਨੀਆ ਨਾਲ ਸੀ, ਉਦੋਂ ਮੈਂ 12-13 ਸਾਲ ਦਾ ਸੀ। ਅੱਛਾ, ਸੁਰਿੰਦਰ ਸੋਨੀਆ ਦੇ ਨਾਲ ਵੀ ਕਾਫੀ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ। ਹਾਂ, ਅਤੇ ਜਦੋਂ ਮੈਂ ਅਮਰਜੋਤ ਨਾਲ ਅਖਾੜੇ ਦੇਖੇ ਉਦੋਂ ਮੈਂ 17-18 ਸਾਲ ਦਾ ਸੀ। ਅੱਛਾ, ਸੁਰਿੰਦਰ ਸੋਨੀਆ ਦੇ ਅਖਾੜੇ ਤੁਸੀਂ ਦੇਖੇ? ਹਾਂਜੀ। ਅਤੇ ਅਮਰਜੋਤ ਦੇ ਦੇਖੇ? ਹਾਂਜੀ ਹਾਂਜੀ। ਅਤੇ ਵੈਸੇ ਮੈਂ ਇੱਕ ਗੱਲ ਕਰ ਰਿਹਾ ਵਾਂ, ਵਧੀਆ ਸੁਰਿੰਦਰ ਸੋਨੀਆ ਨਾਲ ਲੱਗੇ ਕਿ ਅਮਰਜੋਤ ਨਾਲ? ਨਹੀਂ ਜੀ ਨਹੀਂ, ਦੋਨਾਂ ਨਾਲ ਵਧੀਆ ਲੱਗੇ। ਦੋਨਾਂ ਮੈਂ ਮੈਨੂੰ ਨਹੀਂ ਸਾਦਾ ਸੋਨੀਆ ਦੇ ਨਾਲ ਉਹਨਾਂ ਨੇ ਸਟਾਰਟਿੰਗ ਆ, ਸੋਨੀਆ ਵੀ ਬਹੁਤ ਵਧੀਆ ਸੀ ਅਤੇ ਬੀਬੀ ਅਮਰਜੋਤ ਵੀ ਬਹੁਤ ਵਧੀਆ ਸੀ। ਇਹਨਾਂ ਦੇ ਵਿੱਚੋਂ ਮੈਂ ਕਿਸੇ ਨੂੰ ਨੰਬਰ ਨਹੀਂ ਦੇ ਸਕਦਾ, ਦੋਨੇ ਨੰਬਰ ਬਰਾਬਰ ਕਹੂੰ। ਚਲੋ ਅਮਰਜੋਤ ਦੇ ਤਾਂ ਬੀਬੀ ਵਿਚਾਰੀ ਨਾਲ ਹੀ ਚਲੇ ਗਏ ਨਾ, ਬਹੁਤ ਵੱਡੀ ਕੁਰਬਾਨੀ ਆ, ਪਰ ਸੋਨੀਆ ਜੀ ਨੇ ਵੀ ਜੋ ਚਮਕੀਲਾ ਸਾਹਿਬ ਨੂੰ ਸ਼ੁਰੂਆਤ ਕੀਤੀ ਆ, ਬਹੁਤ ਵਧੀਆ ਕੁੜਤੀ 7 ਰੰਗ ਤੋਂ ਘੁੱਗੀਆਂ ਕਟਾਰਾਂ ਪਾਈਆਂ। ਅੱਛਾ, ਉਹਨਾਂ ਦੇ ਅਖਾੜਿਆਂ ਦੇ ਬਹੁਤ ਸੋਹਣੇ ਗਾਏ ਉਹਨਾਂ ਦੇ ਅਖਾੜਿਆਂ ਦੇ ਵਿੱਚ। ਹਾਂਜੀ, ਕੋਈ ਯਾਦਗਾਰ ਘਟਨਾ ਦਿਮਾਗ ਦੇ ਵਿੱਚ ਰੜਕਦੀ ਆ? ਯਾਦਗਾਰੀ ਘਟਨਾ ਜੀ, ਜਿਹੜੇ ਬੀਬੀ ਸੋਨੀਆ ਜੀ ਦੇ ਨਾਲ, ਉਹ ਤਾਂ ਛੋਟੇ ਸੀਗਾ। ਹਾਂਜੀ, ਛੋਟਾ ਸੀਗਾ ਮੈਂ 12-13 ਸਾਲ ਦਾ, ਅਤੇ ਜਿਹੜੀ ਬੀਬੀ ਅਮਰਜੋਤ ਜੀ ਨਾਲ ਮੈਂ 2 ਸਟੇਜਾਂ ਜਲੰਧਰ ਵਿੱਚ ਦੇਖੀਆਂ, ਉਹਨਾਂ ਦੀਆਂ ਮੈਨੂੰ 2 ਘਟਨਾਵਾਂ ਯਾਦ ਆ। ਉਹ ਕਰ ਦਿਓ ਜ਼ਿਕਰ ਥੋੜ੍ਹਾ ਜਿਹਾ। ਉਹ ਇਹ ਆ ਜੀ, ਹਾਂਜੀ, ਚਮਕੀਲਾ ਸਾਹਿਬ ਨਾ ਜਦੋਂ ਗਾ ਕੇ ਸਟੇਜ ਤੋਂ ਥੱਲੇ ਉਤਰੇ, ਹਾਂਜੀ, ਜਾਣ ਲੱਗੇ ਗੱਡੀ ਦੇ ਵਿੱਚ ਬਹਿਣ ਲੱਗੇ ਵਾਰੀ ਖੋਲ੍ਹ ਕੇ, ਤਾਂ 4 ਭੰਡ ਆ ਗਏ। ਜਿਹੜੇ ਮਤਲਬ ਭੰਡ? ਹਾਂਜੀ ਭੰਡ, ਜਿਹੜੇ ਆਪਣੇ ਵਿਆਹ ਸ਼ਾਦੀਆਂ ਵਿੱਚ ਮੰਗਦੇ ਫਿਰਦੇ ਹੁੰਦੇ ਵਿਚਾਰੇ, ਵਧਾਈਆਂ, ਚਲੋ ਮੰਗਦੇ ਕਾਹਦੇ ਸਗਨ ਲੈਣ ਆਉਂਦੇ। ਕਹਿੰਦੇ ਚਮਕੀਲਾ ਸਾਹਿਬ ਤੈਨੂੰ ਬਹੁਤ ਬਹੁਤ ਵਧਾਈਆਂ, ਚੰਦਰਾ ਤੂੰ ਤਾਂ ਸਾਰੀ ਦੁਨੀਆ ਦੇ ਵੱਡੇ ਵੱਡੇ ਕਲਾਕਾਰ। ਉਸ ਵਕਤ ਚਮਕੀਲਾ ਸਟੇਜ ਤੇ ਸੀ ਜਾਂ? ਨਾ ਜੀ, ਥੱਲੇ ਉਤਰ ਕੇ ਜਾਣ ਲੱਗੇ ਸੀ ਪ੍ਰੋਗਰਾਮ ਖਤਮ ਕਰਕੇ। ਅੱਛਾ, ਪ੍ਰੋਗਰਾਮ ਖਤਮ ਕਰਕੇ ਜਾਣ ਲੱਗੇ ਸੀ, ਪੂਰੇ ਭੰਡ ਖੜੇ ਸੀ? ਪੂਰੇ ਭੰਡ ਖੜੇ ਸੀ, ਉਹਨਾਂ ਨੇ ਘੇਰ ਲਿਆ ਚਮਕੀਲਾ ਸਾਹਿਬ। ਚਮਕੀਲਾ ਸਾਹਿਬ ਹੱਸ ਕੇ ਕਹਿੰਦੇ ਵੀ ਕਿੰਨੇ ਬੰਦੇ ਹੋ? ਉਹ ਕੀ ਕਹਿੰਦੇ?
तेरा इस टाइम भी दुनिया के झंडा वा पतंदरा, तू तो सारी बड़े बड़े कलाकारों गुट्ठे लाता, तो तेरी धन धन आते असं तेन भाई बधाइया देना आए हैं। तो उन्होंने फिर दोनों चमकीला साहब ने दो चौहान पाँह पाँह के नोट मेरे सामने क्ड के दते लो उस वक्त उस टाइम जी 87 की गल है 1987। हाँ जी 1987 की हज़ार अर्गे हो गए अज तक। फिर कले कले पाँह पाँह का दिता, कहना भी यह ना हो कि मैं 200 फड़ा एक जना रख लवे, कले कले हाथ जेब च पाए उन्हें, कहना लो कहना खुश कहते जा तेरी जय जयकार आ, तेरा नाँ दुनिया के जिंदगी इदा ही चलूगा जिमें अच चलता, तेरे जाने तो बाद भी रही दुनिया तक तेरा नाँ रहेगा। एडड़िया शीशा दे के चमकीला साहब न सैकलों तुर गए, बेशक चमकीला साहब की जिंदगी रही ना रही। हाँ जी हाँ नौ आ जरा। हाँ जी बाकी भंडा की गल सच हुई बिल्कुल जी, अमर रही दुनिया तक अमर रहना भी अमर ही है जी। अच्छा बई जी चमकीले गलों तो लगता भी तुम कट्ट बिल्कुल जी बिल्कुल, मैं तो बहुत कट्ट फैन हाँ चमकीला जी, बहुत प्यार करना। अच्छा चलो अच्छा उन्होंने उत्ते कुछ गर्म गीतों का अश्लील गीतों का तत्ते गीतों का धब्बा लगता, वो बारे थोड़े की विचार ने? वो देखो जी गल इस तरह वा भी जे आप सोचा जाए 1960-70 तो लैके तुम पुराने कलाकारों की सुन लो, अज 2020 तक सुन लो, लचरता तो उन्होंने भी बहुत गाई है। जे आप हूँ किसी का नाँ लगी चंकी गल नहीं गा नाँ ही लेंदे, बहुत लचर चमकीला साहब लचरता दे दूजे कलाकारों बहुत पिछे से। देखो जे उन्होंने दो चार गीत चलो मानते हैं बी माड़े मोटे गर्म गाते करारे गीत कह सकते आप, उन्होंने गीतों गर्म नहीं कह सकते, तो उदू बाद उन्होंने धार्मिक ग गुरु घर उन्होंने गीत बजे धार्मिक गाए कलियां गाइया लोक तत् गाए तो बहुत सोहनिया ची गल पेश की जो सभ्याचार धार्मिक गीत भी जो उन्होंने है पूरे हिट धार्मिक गीत बहुत हिट हो गुरु घर बजे आ। जे लोग कहते हैं भी चमकीला साहब के गाने ट्रकों के चलते तो गुरु घर भी चले घर भी चले। अच्छा किसी कोई बोल चेते हो जिक्र कर दौ माड़ा जहाँ पौधा लोको बुरा बछोड़ा की तकदीरे मारिया लोड़ा। हाँ जी पौधा लोको बुरा बछोड़ा की तकदीरे मारिया लोड़ा, माँ मर गई वे थां वे पुत जांदी वारी एक बार कह दे मैनू मां। बड़ा वधिया देखो किन्ना वधिया गाया किन्ने बराग तारा राणी दा गीत। हाँ जी हाँ जी हाँ जी उन्हां दा एक गीत भी सीगा पंड तो पट्टे गए। हाँ एक उन्हें गाया बाबा रामदास जी दा आया सामा आया ना भी सामा आया ना पतामा गल हो गई आ जहान विचों वक्खरी पंड तो पट्टे गए तर गई रामदास जी दी पत्री। उन्होंने इदां दे गीत भी गाया जी बड़ा वधिया सीगा पंडतां दे नाल अरदास भगत जी दा ना। हाँ जी बहुत वधिया बहुत वधिया स्टोरी उन्होंने कढ के एक ये गीत रिकॉर्ड नहीं होया इच्छा रहेगी बहुत जाने के सारे दे विच काफी आपां नूं सुणन नूं मिलदा ना। सिंधा जी जदों चमकीला जी दा कतल होया हाँ जी उस वक्त हाँ जी तुसीं कित्थे सी? मैं जी उस टाइम देख लो बई 9वीं क्लास च पढ़दा सीगा ते असीं जलंधर रहिंदे हुंदे सीगे। हाँ जी उपर इक चवारा सी उत्थे मुंडा रहिंदा सी नाल मैडिकल वाला हाँ जी कोर्स करदा सीगा रपाणे पिंड का सीगा मुक्तसर को मैं वो उपर पौड़िया चढ़िया 5:30 ही टाइम सीगा जी। मैं कहा भी लाल चंद की हाल चाल है तेरा, कहिंदा भी यार हाल चाल तो मंदा ही आ। मैं की गल कहिंदा यार गल दसण वाली नहीं दसण वाली नहीं। मैं कहा यार की गल उहनूं पता सीगा जी चमकीला जी का बहुत फैन आ भी जे इहनूं मैं दस तक तो मेरे लफेड़ा ना मारे जां मेरे कोई चीज़ ना मारे चक के भी उहदी हिम्मत नहीं पई दसण दी मैनूं भी चमकीले का कतल हो गया उस मुंडे दी। उस दसण नूं जीव नहीं सी करदा दसण नूं जीव नहीं सी करदा वह भी फैन से वह भी की सुनता मेरे ना रोज़ गल्लां करदा हुंदा चमकीला जी दे मित्तों की सुनदा चर्चा रोज़ चलदी सी रोज़ चलदी सी गाने भी सुनदे सी मित्तों। तो चलो जी फिर अद्धे घंटे बाद मेरा ब्रदर आ गया जी वड्डा। अच्छा जी वो सीधा उपर पौड़ियां चढ़िया सिंधा 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 सिंधे की हाल सिंधे की हाल आ पहला उन्हें मैं कहता मैं भीरे ठीक आ कहना यार तेरा चमकीला मारता। मैं कहा है भीर कहना यार तेरा चमकीला मारता। मैं कहा भीर यार चंगी गल कढ मूंह तो की कहना कहना यार सच्ची गल आ दुख तो मैनू भी आ ऐसी गल नहीं पर मार वो फिर लाल चंद मुंडे ने कहा कहता आही गल सी ताइयों मैं तेनों कह रहा सीगा भी खुश रहने वाली गल नहीं दसण वाली गल नहीं। तो फिर मैं भाई रोया बहुत दूजे दिन मेरा इंग्लिश का पेपर सी मैं पेपर नहीं दिता फिर मिस किया पेपर आपका दो पेपर मैं मिस किए स्कूल के मैनू बाल सभा के मैं गाँव हों अक्सर मैनू मेरे स्कूल के बच्चे मैं टीचर भी चमकीला कह के बुलाते होंगे उन्होंने फिर मैंने पास करता तस के आधार से कहना यार मुंडा चमकीला जी ने बहुत प्यार करता वह चेला वाकई ये सट लगी है भी कोई ना दो पेपर चुन पास करो 9वीं रिजल्ट स्कूल बनता हूँ तो मैंने पास करता जी उन्होंने। चलो आप जी अच्छे टीचर का भी धन्यवाद करते हैं। हाँ जी बहुत टीचर का धन्यवाद जी जिन्होंने मैं अब मैट्रिक पास लैन च पढ़िया चमकीला साहब की भी उन्होंने कदर की। हाँ जी चमकीला साहब की कदर की चमकीला साहब थम सी जी भी कदर की बिल्कुल भी बच्चे के मन से सट ना बजे भी चलो कि पेपर से दो इंग्लिश का मैथ का दोनों जी टॉप के पेपर यही मिस किए जी। मैं बई जी चमकीला जी की बरसी लगती है। हाँ जी है ना। हाँ जी हाँ जाते होवोगे जरूर बिल्कुल जाने जी कोई मिस बिल्कुल जी मैस नहीं पहली तो लैके अच 33 महीने चले जी 20 दिन रह गए 33 बरसी।
हर बरसी के उत्ते हाजरी लवाई है। हाँ बिल्कुल जाइए, एक दो बंदे चार नाल भी लेके जाइए, जिन्होंने कही आ जाओ भाई किसी ने किराया पत्रा नहीं लाना, मेरे नाल चलो, खर्चा मेरा जी मेरे गुरु का देना, मेरे नाल ही चलो। मैंने शौक होंगे वो तो बाद भी 10-20-50 बंदे मैनू कह भी संधा जी साडा खर्चा चुको, मैं कहूँगा चलो बरसी से। चमकीला जी प्यार करते हैं बाई जी, चमकीला अंदरों कि इंसान से जो एक पास तो गीत से, हाँ जी, दूजे पास अपना निजी जिंदगी जी जी बारे थोड़ी जानकारी। वो निजी जिंदगी है जी इन्नी वधिया सी, इन्ना मिण वतन सुभाव सीगा उन्हां दा, भी जे कोई पिंड दे विच तुरिया जांदा कोई बजुर्ग वड्डा वड्डा जां छोटा, उहनू भी वीर भैण वीर भाई जी कह के बुलाउणा, कोई माता बाउ नू ते बीबी भाई लड़कियां होर बच्चियां दा बहुत इज्जत करदा सी, रेख दे पैरी हथ लाउंदा सी। ਤੇ ਜਿਹੜੀ ਉਹਦੀ ਨਿੱਜੀ ਜ਼ਿੰਦਗੀ ਇਹ ਸੀ ਜੀ, ਜਿਵੇਂ ਪਿੰਡ ਦੇ ਵਿੱਚ ਕੋਈ ਇੱਕ ਧੀ ਭੈਣ ਦਾ ਲੜਕੀ ਦਾ ਵਿਆਹ ਹੁੰਦਾ ਸੀ, ਹਾਂਜੀ, ਉਹਨਾਂ ਸਮਿਆਂ ਦੇ ਵਿੱਚ ਚਮਕੀਲਾ ਸਾਹਿਬ 1100 ਰੁਪਈਆ, ਦੇਸੀ ਘਿਓ ਦਾ ਪੀਪਾ, ਇੱਕ ਸੂਟ, ਇਹ ਉਸ ਟਾਈਮ ਉਹ ਦਾਨ ਕਰਦੇ ਹੁੰਦੇ ਸੀ। ਅਤੇ ਬਾਕੀ 21 ਬੱਚੇ ਉਹਨਾਂ ਦੇ ਅਡੋਪਟ ਕੀਤੇ ਹੋਏ ਸੀ ਗਰੀਬ ਘਰਾਂ ਦੇ ਸਰਕਾਰੀ ਸਕੂਲ ਦੇ ਵਿੱਚ, ਵੀ ਇਹਨਾਂ ਦਾ 6ਵੀਂ 5 ਪਹਿਲੀ ਤੋਂ ਲੈ ਕੇ BA ਤੱਕ ਜੋ ਵੀ ਪੜ੍ਹਨਗੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਮੈਂ ਕਰੂੰਗਾ। ਚਮਕੀਲਾ ਸਾਹਿਬ ਨੂੰ ਇੱਦਾਂ ਦਾ ਵੀ ਸ਼ੌਂਕ ਸੀ, ਇੰਨੇ ਗਰੀਬਾਂ ਦੇ ਬੱਚਿਆਂ ਦਾ ਪਿਆਰ ਕਰਦੇ। काफ़ी वधिया इंसान से, बहुत वधिया इंसान से जी। दोस्तों आप चमकीले की जिंदगी बारे कुछ गल्लां सांझियां कीतियां, सुनी सुनाई गल भी हुंदी आ, कुछ बाई जी ने जिहड़े अंदरले राज आ उह अपने सामने पेश कीते आ। चमकीला अंदरों वाकई फकर बंदा सी, तां ही उह सदा लई अमर होया। बिल्कुल, बहुत माड़ी गल हुई है जी, एक गऊ हत्या हुई है। देखो जी गल इस तरह वा, वो जो मौत का कारण आ जा उन्होंने क्यों मारिया गया, किस तरह आप कही लचर कीतन ने तो नहीं कोई गल हैगी। हाँ जी देखो लचर तो उदू वध गाउण वाले बैठे आ, चमकीला साहब के गीत आटे च नूण मनी उन्हां गायकां दे, जे असीं मैं नौ लैण लगा तो जो गीतां दे मैं नौ नहीं लै सकदा क्योंकि नेट दे विच सारे भैण भरा देखदे आ। तो चमकीला तो एक तां मारिया गया भी, एक तो गरीब परिवार का मुंडा सी बेचारा, लड़का सी, बर्दाश्त नहीं होया लोगों तो भी यार गरीबां दा मुंडा इन्ना चढ़ गया। तो एक उहदी भाई चढ़ाई बहुत ज़्यादा सी, ये दो गल्लां दा कारण चमकीला साहब नूं मारन दा होया। लचरदा तां एक बहाना लाया गया वा, ਤੇ ਕੋਈ ਉਦੋਂ ਵੱਧ ਲਚਰਤਾ ਗਾਉਣ ਵਾਲੇ ਗੀਤ ਹਜੇ ਵੀ ਕਲਾਕਾਰ, ਹਜੇ ਹੋਰ ਕਲਾਕਾਰਾਂ ਨੇ ਵੀ ਗਰਮ ਗੀਤ ਗਾਇਆ, ਬਹੁਤ ਗੀਤ ਗਾਇਆ ਗਰਮ, ਜਿੱਦਾਂ ਵੀ ਉਸ ਟਾਈਮ ਦੇ ਨੇ ਵੀ ਅੱਜ ਵੀ ਦੇਖ ਲਓ ਜੀ, ਅੱਜ ਤਾਂ ਵੀਡੀਓ ਬਣ ਬਣ ਸਾਹਮਣੇ ਆਇਆ, ਅੱਜ ਤਾਂ TV ਦੇ ਵਿੱਚ ਅੰਗੇਜ਼ਬਾਜ਼ ਪੂਰਾ ਫਾਇਦਾ ਕੀਤਾ ਚਮਕੀਲਾ ਸਾਹਿਬ ਨੇ, ਤਾਂ ਕੋਈ ਵੀਡੀਓ ਜਾਂ ਕੋਈ ਲਚਰਤਾ ਗੱਲਬਾਤ ਉਹਨਾਂ ਨੇ ਕੋਈ ਹੈ ਨਹੀਂ ਸੀ, ਕੋਈ TV 'ਤੇ ਨਹੀਂ ਗਾਇਆ ਸੀਗਾ, ਉਹਨਾਂ ਲੋਕ ਸਾਦੇ ਸੀ ਤਾਂ ਜਾਂਦੇ ਸੀ ਲੋਕ, ਪਰ ਦੇਖੋ ਉਹਨਾਂ ਦੇ ਖਾੜਿਆਂ ਵਿੱਚ ਬੀਬੀਆਂ ਦਾ ਇਕੱਠ ਕਿੰਨਾ ਹੁੰਦਾ ਸੀ, ਬਹੁਤ ਜ਼ਿਆਦਾ ਇਕੱਠ ਸੀ। ਉਹਨਾਂ ਧਾਰਮਿਕ ਗੀਤਾਂ ਨੂੰ ਦੇਖਿਆ ਭੈਣਾ, ਫਿਰ ਕਿਉਂ ਬਹਿਣ ਦਿੰਦੇ ਸੀਗੇ ਲੋਕ ਜੇ ਚਮਕੀਲਾ ਸਾਹਿਬ ਗੰਦੇ ਗੀਤ ਗਾਉਂਦੇ ਸੀ, ਤਾਂ ਫਿਰ ਉਹ ਬੁੜੀਆਂ ਤਾਂ ਵੱਧ ਬੰਦਿਆਂ ਨੂੰ ਹੁੰਦੀਆਂ ਸੀਗੀਆਂ। ਕੋਈ ਬਿਲਕੁਲ ਬਹਾਨਾ ਲਾਇਆ ਗਿਆ ਬਾਈ, ਆਹੀ ਦੋ ਕਾਰਨ ਆ, ਚੜ੍ਹਾਈ ਦਾ ਕਾਰਨ ਬੜੀ ਚੜ੍ਹਾਈ, ਅਤੇ ਇੱਕ ਉਹ ਗਰੀਬ ਪਰਿਵਾਰ ਦਾ ਮੁੰਡਾ ਸੀ, ਇਸ ਕਰਕੇ ਉਹਦੀ ਹੱਤਿਆ ਹੋਈ ਆ। ਚਮਕੀਲਾ ਜੀ ਬਾਰੇ ਕੁਝ ਸੱਜਣਾਂ ਨੂੰ ਮੈਸੇਜ ਵੀ ਦੇਣਾ ਹੋਊਗਾ ਤੁਸੀਂ? ਹਾਂਜੀ ਬਸ ਜੀ, ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਲੋਕ ਕਹਿੰਦੇ ਆ ਵੀ ਚਮਕੀਲਾ ਸਾਹਿਬ ਨੇ ਲਚਰਤਾ ਪੈਦਾ ਕੀਤੀ, ਹਾਂਜੀ ਹਾਂਜੀ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਦੂਜੇ ਕਲਾਕਾਰਾਂ ਦੇ ਵੀ ਪੁਰਾਣਿਆਂ ਦੇ ਉਸ ਟਾਈਮ ਦੇ ਚਮਕੀਲੇ ਤੋਂ ਸੀਨੀਅਰ ਅਤੇ ਪਹਿਲਾਂ ਦੇ ਬਾਅਦ ਦੇ ਅਤੇ ਅੱਜ ਦੇ, ਉਹਨਾਂ ਨੂੰ ਵੀ ਸੁਣੋ, ਫਿਰ ਤੁਸੀਂ ਚਮਕੀਲਾ ਸਾਹਿਬ ਨੂੰ ਕਹਿਓ ਵੀ ਇਹਨੇ ਲਚਰਤਾ ਗਾਈ ਆ। ਮੇਰੇ ਹਿਸਾਬ ਨਾਲ ਚਮਕੀਲਾ ਬਹੁਤ ਮਗਰ ਆ ਲਚਰਤਾ ਦੇ ਵਿੱਚ ਜੋ ਉਹਨਾਂ ਨੇ ਗਾਈ ਆ, ਵੀ ਤੁਸੀਂ ਉਹਨਾਂ ਦੇ ਗੀਤ ਵੀ ਸੁਣੋ। ਮੈਂ ਜ਼ਰੂਰ ਕਹਿੰਦਾ ਇੱਕ ਚਮਕੀਲਾ ਸਾਹਿਬ ਦੇ ਗੀਤ ਸੁਣ ਕੇ ਨਾ ਕਹੀ ਜਾਓ, ਦੂਜਿਆਂ ਦੇ ਸੁਣੋ, ਤੁਹਾਨੂੰ ਫਿਰ ਹੀ ਪਤਾ ਲੱਗੂ ਵੀ ਇਹ ਘੱਟ ਸੀ ਜਾਂ ਉਹ ਵੱਧ ਸੀ। ਵੱਧ ਸੀਗਾ ਵੀ ਇੱਕ ਬਦਨਾਮ, ਜਾਣੀ ਕਿ ਕੁਛ ਕੁ ਲੋਕ ਮੁੱਠੀ ਕੁ ਭਰ ਲੋਕ ਸੀਗੇ ਜਿਹੜੇ ਉਹਦੇ ਕੰਪੀਟੀਟਰ ਲਾ ਲਓ, ਜਿਹੜੇ ਉਹਨੂੰ ਦੇਖ ਕੇ ਬਰਦਾਸ਼ਤ ਨਹੀਂ ਕਰ ਸਕੇ, ਅਤੇ ਉਹ ਸਾਰਿਆਂ ਦੀ ਇਹਨਾਂ ਦੀ ਰਲ ਮਿਲ ਕੇ ਇਹਨਾਂ ਦੀ ਵੀ ਦੇਣਾ ਉਹਨੂੰ ਬਦਨਾਮ ਕਰਨ ਦੇ ਵਿੱਚ ਵੀ ਚਮਕੀਲੇ ਦਾ ਚੱਲ ਆਈ ਆ। ਬਾਕੀ ਪਬਲਿਕ ਤਾਂ ਉਹਨੂੰ ਬਹੁਤ ਪਿਆਰ ਕਰਦੀ ਸੀ। ਆਇਆ ਨਾ ਵੀ ਰਾਮਾ ਬੇ ਆਇਆ ਨਾ ਵੀ ਸਾਮਾ, ਆਇਆ ਨਾ ਵੀ ਰਾਮਾ ਬੇ ਆਇਆ ਨਾ ਵੀ ਸਾਮਾ, ਗੱਲ ਹੋ ਗਈ ਆ ਜਹਾਨ ਵਿੱਚੋਂ ਵੱਖਰੀ, ਹੋ ਪੜ ਤੋਂ ਪਟੇ ਗਏ ਤਰ ਗਈ ਰਵਦਾਸ ਜੀ ਦੀ ਪੱਥਰੀ, ਹੋ ਪੰਡ ਤੋਂ ਪਟੇ ਗਏ, ਤਰ ਗਈ ਰਵਦਾਸ ਜੀ ਦੀ ਪੱਥਰੀ, ਹੋ ਪੰਡ ਤੋਂ ਪਟੇ ਗਏ, ਦੁਨੀਆ ਨੂੰ ਤਾਰ ਗਿਆ ਪੱਥਰਾਂ ਨੂੰ ਤਾਰ ਕੇ, ਕਾਮ ਲੋ ਮੋਹ ਚਮਕੀਲਾ ਸਾਹਿਬ ਹਾਰ ਗਏ, ਉਹਦੇ ਨਾਮ ਵਿੱਚ ਹੱਥ ਵਾਲੀ ਤੱਕੜੀ, ਹੋ ਪੰਡ ਤੋਂ ਪਟੇ ਗਏ, ਤਰ ਗਈ ਰਵਦਾਸ ਵਾਲੀ ਪੱਥਰੀ, ਹੋ ਪੰਡ ਤੋਂ ਪਟੇ ਗਏ, ਤਰ ਗਈ ਰਵਦਾਸ ਜੀ ਦੀ ਪੱਥਰੀ, ਹੋ ਪੰਡ ਤੋਂ ਪਟੇ ਗਏ, ਡੰਗ ਗਿਆ ਨਾਵ ਗੇ ਨਾ ਮੰਗਿਆ ਪਾਣੀ, ਹਾਏ ਉੱਠ ਪੁੱਤ ਵੇ ਤੇਰੇ ਖੇਡਣ ਹਾਣੀ, ਉਹ ਮਿਟ ਗਿਆ ਚਮਕੀਲੇ ਨਾ ਬੇ ਪੁੱਤ ਜਾਂਦੀ ਵਾਰੀ, ਇੱਕ ਵਾਰੀ ਕਹਿ ਦੇ ਮੈਨੂੰ ਮਾਂ ਬੇ ਪੁੱਤ ਜਾਂਦੀ ਵਾਰੀ, ਸੋਹਣਿਆ ਜਾਂਦੀ ਵਾਰੀ, ਲਾਲਵੇ ਜਾਂਦੀ ਵਾਰੀ। ਦੋਸਤੋ ਅੱਜ ਦੀ ਮੁਲਾਕਾਤ ਕਿੱਦਾਂ ਦੀ ਲੱਗੀ? ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ, ਧੰਨਵਾਦ।